किसान वीरों जे तुसी कणक इस तरीके नाल बीजनी आ जिदे नाल मीह झखड़ दा असर ना होवे, जे तुसी अपनी पराली दी समस्या दा हल कढ़ना आ डॉक्टर अवतार सिंह जी ने तुहाडियां दोनों जो प्रॉब्लम आ उहदा हल कढ़ दित्ता। आ देखो कणक बीजन दा तरीका, आ कणक आ झोना वढ़िया, वढ़ के आ छिट्टे नाल आ छिट्टा मारो जी। बाजवा साहब डोड़ पिंड तों आ, जो इत्थे जैतो दे कोले आ, ते साहब गुरदीप सिंह बाजवा ए भी बड़े प्रोग्रेसिव फार्मर आ। इस तरह करके पहला छिट्टा मार के ए कणक बीज देनी आ, 16 किलो एक किले दे विच ए कणक दा बीज पाउणा, और इस तरह बीज के खड़े दे विच ही पराली इकट्ठी करके साइड ते करती, पराली साइड ते करके खड़ी दे विच ही बीज थी। उदों बाद आओ जी, फिर तुसी बैड बना देने आ। आ बैड मेकर मशीन है, ए साडे कोले हैगी आ, जे किसे नूं चाहीदे होवे भदौड़ पिंड तों लै जिओ। ओ तुहानू नंबरदार दा हुण नंबर दे देंगे, भदौड़ पिंड तों लै जाणा आके। ते आ देखो जी, आओ जी, आ इस बाद बैड बनाते जी, ओ छिट्टा देने तों बाद बैड बनाते। आ देखो जी, ए बैड बन रहे आ, ओदे विच विच बैड बना रहे आ जी, छिट्टा दे के बैड बनाते जी। दो बारी फेरना हर बैड दे उते, हर रो दे उते दो बारी फेरना। पहले बारी इने बैड बनाया, दूजी बारी आ देखो आ इत्थे दो बारी फेरिया वा, आज इधर डॉक्टर साहब आओ जी। आ दूजी बारी आ इत्थे इत्थे दो बारी फेरिया वा जी बैड मेकर, आज जी इत्थे आ देखो पूरी दी पूरी मिट्टी पूरी हो गई इत्थे जिहड़ी। हुण तुसी आ देखो जी, फिर पराली दा हल आ जाओ जी। आ लै आ भाई सीतू, सीतू पराली लैके आ, ਲਿਆ ਪਰਾਲੀ ਉਰੇ ਨੂੰ, ਪਰਾਲੀ ਦਾ ਹਲ ਜੀ, ਆ ਕੱਢੋ ਪਰਾਲੀ ਦਾ ਹਲ ਜੀ, ਆ ਲਓ ਜੀ, ਆ ਪਾ ਪਾ ਦੇ, ਆ ਲਓ ਜੀ, ਇਹ ਖਾਲੀਆਂ ਦੇ ਵਿੱਚ ਪਰਾਲੀ ਪਾ ਦੇਣੀ ਆ। ਪਰਾਲੀ ਪਾ ਕੇ ਇਹਨੂੰ ਜਦੋਂ ਆਪਾਂ ਪਾਣੀ ਜਿਹੜਾ ਲਾਉਣਾ ਖਾਲੀਆਂ 'ਚ ਲਾਉਣਾ, ਬਿਲਕੁਲ ਖਾਲੀਆਂ 'ਚ ਪਾਣੀ ਲਾਉਣਾ। ਇਹ ਪਰਾਲੀ ਇਹਦੇ ਨਾਲ ਸਾਡੀ ਜੇ ਖਾਦ ਬਣੇਗੀ, ਖਾਦ ਦਾ ਕੰਮ ਕਰੇਗੀ, ਜਿਹੜਾ ਸਾਡਾ ਬੈੱਡ ਉੱਪਰ ਰਹੇਗਾ ਉਹ ਬਿਲਕੁਲ ਬੈੱਡ ਸਾਫ ਰਹੇਗਾ। ਇਹ ਪਰਾਲੀ ਇਹ ਪਾਣੀ ਸਿਰਫ ਅਸੀਂ ਖਾਲੀਆਂ 'ਚ ਦੇਣਾ, ਸਿਰਫ ਖਾਲੀਆਂ ਦੇ ਵਿੱਚ ਪਾਣੀ ਦੇਣਾ, ਔਰ ਪਾਣੀ ਤਕਰੀਬਨ ਜਿੰਨਾ ਆਪਾਂ ਹੁਣ ਲਾਉਂਦੇ ਹਾਂ 15% ਉਹਦਾ ਪਾਣੀ ਲੱਗਣਾ, 85% ਪਾਣੀ ਦੀ ਬੱਚਤ। ਅਤੇ ਇਹ ਵਾਲੀ ਕਣਕ ਜਿਹੜੀ ਹੋਏਗੀ ਉਹ ਬੈੱਡ ਦੇ ਉੱਪਰ ਹੋਏਗੀ, ਬੈੱਡ ਦੇ ਉੱਪਰ ਬੀਜੀ ਵੀ ਕਣਕ। ਇਹ ਵਾਲੀ ਕਣਕ ਪਿਛਲੇ ਸਾਲ ਜਿਨ੍ਹਾਂ ਨੇ ਬੀਜੀ ਸੀ, ਮੈਂ ਉੱਥੇ ਜਾ ਕੇ ਤੁਹਾਨੂੰ ਵੀਡੀਓ ਬਣਾ ਕੇ ਦਿਖਾਈਆਂ ਸੀ। ਮੀਂਹ ਝੱਖੜ ਨਾਲ ਆਸੇ ਪਾਸੇ ਦੀਆਂ ਜੋ 40-40 ਕਿਲੋ ਜਿਹਨਾਂ ਨੇ ਬੀਜ ਪਾਇਆ ਸੀ, ਉਹ ਕਣਕਾਂ ਵਿਛੀਆਂ ਪਈਆਂ ਸੀ। ਜਿਨ੍ਹਾਂ ਨੇ ਬੈੱਡਾਂ 'ਤੇ ਆਪਣੀ ਕਣਕ ਬੀਜੀ ਸੀ, ਉਹ ਕਣਕ ਪੂਰੀ ਇਸ ਤਰ੍ਹਾਂ ਖੜੀ ਸੀ, ਪੂਰੀ ਕਾਇਮ। ਅੱਜ ਅਸੀਂ ਉੱਧਰ ਦੂਜੇ ਪਾਸੇ ਬੈੱਡ ਬਣਾਇਆ, ਉਹ ਬੈੱਡ ਬਣਾ ਕੇ ਹੱਥ ਨਾਲ ਉਹਦੇ 'ਤੇ ਲਗਾਈ ਆ, ਉਹਦੇ 'ਚ ਇੱਕ ਕਿੱਲੇ ਵਿੱਚ ਸਿਰਫ 1.25 ਕਿਲੋ ਬੀਜ ਪਾਇਆ, ਸਿਰਫ 1.25 ਕਿਲੋ ਬੀਜ। ਉਹਦਾ ਵੀ ਝਾੜ ਬਹੁਤ ਵਧੀਆ ਆਉਂਦਾ, ਡਾਕਟਰ ਸਾਹਿਬ ਨੇ ਕੀਤਾ, ਡਾਕਟਰ ਸਾਹਿਬ ਆ ਜਾਓ ਇੱਧਰ ਨੂੰ। ਅਤੇ ਨਾਲ ਆਹ ਜਿਹੜਾ ਤਰੀਕਾ ਇਹ ਉਦੋਂ ਵੀ ਸੌਖਾ ਤਰੀਕਾ, ਛਿੱਟਾ ਮਾਰਨਾ, ਛਿੱਟਾ ਦੇਖੋ ਤੁਸੀਂ ਯੂਰੀਆ ਪਾਉਣੇ ਹੀ ਆ, ਯੂਰੀਆ ਵਾਂਗੂ ਛਿੱਟਾ ਮਾਰਨਾ ਆਪਣਾ, ਉਵੇਂ ਛਿੱਟਾ ਮਾਰ ਕੇ ਆਹ ਬਣਾਤੀ। ਲਿਆ ਭਾਈ ਪਰਾਲੀ ਹੋਰ ਲਿਆ, ਇਹ ਬਣਾਤੀ ਇਹਦੇ ਨਾਲ। ਨਾ ਤਾਂ ਇਹ ਪਰਾਲੀ ਨੇ ਇੱਥੇ ਨਦੀਨ ਉੱਗਣ ਦੇਣਾ, ਇਹਦੇ ਵਿੱਚ ਜਿਹੜਾ ਨਦੀਨ ਉੱਗਦਾ, ਨਾ ਪਰਾਲੀ ਨੇ ਨਦੀਨ ਉੱਗਣ ਦੇਣਾ, ਨਾਲੇ ਪਰਾਲੀ ਨੇ ਖੁਦ ਖਾਦ ਬਣ ਜਾਣਾ। ਇਹ ਬਹੁਤ ਵੱਡੀ ਤੁਹਾਡੀ ਸਮੱਸਿਆ, ਔਰ ਇਹ ਜਿਹੜੀ ਤੁਹਾਡੀ ਕਣਕ ਆ, ਇਹ ਇਹੀ ਜਿਹੀ ਕਣਕ ਹੋਊਗੀ, ਇਹੀ ਜਿਹੀ ਕਣਕ ਤੁਹਾਡੀ ਹੋਊਗੀ ਜਿੰਨਾ 'ਤੇ ਮੀਂਹ ਝੱਖੜਾਂ ਦਾ ਅਸਰ ਨਹੀਂ ਹੋਏਗਾ। ਪਿਛਲੇ ਸਾਲ ਜਦੋਂ ਮੈਂ ਗਿਆ ਸੀ, ਜਿਹੜੇ ਰੌਕੇ ਪਿੰਡ ਜਸਵਿੰਦਰ ਸਿੰਘ ਹੋਰਾਂ ਨੇ ਬੀਜੀ ਸੀ, ਉਹ ਕਣਕ ਉਹਨਾਂ ਨੇ 3 ਕਿਲੋ ਬੀਜ ਦੇ ਵਿੱਚ 2 ਕਿਲੋ ਪਾਇਆ ਸੀ, ਇਹਦੇ ਵਿੱਚ 3 ਕਿਲੋ ਬੀਜ ਦੇ ਨਾਲ 1.5 ਕਿਲਾ ਬੀਜਿਆ ਸੀ, ਔਰ ਉਹਨਾਂ ਦਾ ਝਾੜ 30 ਉਹਨਾਂ ਨੇ 1.5 ਕਿਲੇ 'ਚੋਂ 30 ਕੁਇੰਟਲ ਉਹਨਾਂ ਨੇ ਕੱਢ ਲਈ ਸੀ, 20-22 ਕੁਇੰਟਲ ਉਹਨਾਂ ਦਾ ਝਾੜ ਜਿਹੜਾ ਆਇਆ, ਕਣਕ ਦਾ ਝਾੜ ਆਇਆ, ਔਰ ਇਹੀ ਜੀ ਸੰਘਣੀ ਝਾੜ 58 ਮਨ ਉਹਨਾਂ ਨੇ ਕਿਹਾ, ਜੋਕ ਕੇ ਕਹਿੰਦੇ ਸੀ 58 ਮਨ ਕਿੱਲੇ ਦੀ ਕਣਕ ਕੱਢੀ ਆ, ਦੂਜਿਆਂ ਦੀ 45-46-47 ਮਨ ਨਿਕਲੀ, ਕਿਉਂਕਿ ਕਣਕ ਡਿੱਗ ਪਈ ਸੀ। ਦੇਖੋ ਨਾ ਤਾਂ ਮੀਂਹ ਝੱਖੜ ਦਾ ਕੋਈ ਇਸ ਕਣਕ 'ਤੇ ਅਸਰ ਹੋਵੇ, ਨਾਲੇ ਇਹਦੇ ਵਿੱਚ ਕੋਈ ਖਾਦ ਪਾਉਣ ਦੀ ਵੀ ਤੁਹਾਨੂੰ ਲੋੜ ਨਹੀਂ, ਇਹਦੇ 'ਚ ਆ ਪਰਾਲੀ ਨੇ ਖਾਦ ਦਾ ਕੰਮ ਕਰਨਾ। ਆਹ ਜ਼ਮੀਨ ਤੁਸੀਂ ਆਪਣੀ ਬਚਾ ਲਈ, ਜ਼ਮੀਨ ਦੇ ਕੀਟਾਣੂ ਜਿਹੜੇ ਆ ਉਹ ਵੀ ਬਚੇ ਵੇ ਰਹਿ ਗਏ, ਉਹ ਜ਼ਮੀਨ ਦੇ ਸਾਰੇ ਕੀਟਾਣੂ ਇਹ ਤੁਹਾਡੇ ਖਾਦ ਦਾ ਕੰਮ ਕਰਨਗੇ।
ਇਹ ਤੁਹਾਡੀ ਜ਼ਮੀਨ ਨੂੰ ਬਚਾਉਣਾ ਪੰਜਾਬ ਦੀ ਵੱਡੀ ਸਮੱਸਿਆ ਦਾ ਹੱਲ ਇਹ ਹੱਲ ਡਾਕਟਰ ਅਵਤਾਰ ਸਿੰਘ ਜੀ ਨੇ ਕੱਢ ਕੇ ਦਿੱਤਾ ਇਹ ਪਿੰਡ ਪਧੌੜ ਦੇ ਵਿੱਚ ਡੈਮੋਸਟ੍ਰੇਸ਼ਨ ਫਾਰਮ ਲੱਗਿਆ ਹੁਣ ਇਹ ਬਾਜਵਾ ਸਾਹਿਬ ਪਿੰਡ ਡੋਡ ਦੇ ਵਿੱਚ ਲਗਾਉਣ ਲੱਗੇ ਆ ਸਰ ਸੁਖਪਾਲ ਹਾਂਜੀ ਰਿਸ਼ਪਾਲ ਸਿੰਘ ਜੀ ਭਗਤੇ ਦੇ ਆ ਆਪਣੇ ਸੁਖਵਿੰਦਰ ਰਾਜਾ ਇਹ ਇਹ ਆਪਣੇ ਬਾਗੇ ਪੁਰਾਣੇ ਤੋਂ ਰਾਜੂਆਂ ਨੇ ਪਿੰਡ ਤੋਂ ਨੇ ਬੜੇ ਹਿੰਮਤੀ ਆ ਨੌਜਵਾਨ ਇਹਨਾਂ ਨੇ ਵੀ ਆਪਣੇ ਪਿੰਡ ਬਣਾਇਆ ਇਹ ਜਿਹੜੇ ਤੁਹਾਨੂੰ ਦੱਸਦੇ ਜਿਨ੍ਹਾਂ ਨੇ ਮੇਰੇ ਕਿਸਾਨ ਵੀਰਾਂ ਨੇ ਜਾ ਕੇ ਦੇਖਣਾ ਇਹ ਸਾਰੇ ਜਗ੍ਹਾ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਤੇ ਤੁਹਾਨੂੰ ਇਹਨਾਂ ਦਾ ਨੰਬਰ ਵੀ ਦੇਣੇ ਆ ਬਾਜਵਾ ਸਾਹਿਬ ਆਪਣਾ ਨੰਬਰ ਦੱਸ ਦਿਓ 9876 अच्छा जे आ बेड मेकर साडे कोले इत्थे पधौड पिया पधौड किले विच असी पिया जेडे भी वीर ने लैके जाना फ्री विच लैके जा सकदा इत्थों ए नंबरदार आ साडे इत्थे पिंड दे गुरतेज सिंह उहनां नूं तुसीं फोन कर लियो उहनां दा नंबर हैगा 7579-00115 7579-00115 ਉਹਨੂੰ ਫੋਨ ਕਰ ਲਿਓ ਉੱਥੋਂ ਆ ਕੇ ਤੁਸੀਂ ਜਿਹਨੇ ਵੀ ਬੈੱਡ ਮੇਕਰ ਲੈ ਕੇ ਜਾਣਾ ਇੱਥੋਂ ਜਾ ਸਕਦਾ ਨਹੀਂ ਤਾਂ ਕਈ ਜਗ੍ਹਾ ਤੇ ਬੈੱਡ ਮੇਕਰ ਵੀ ਹੈਗੇ ਨੇ ਨਾਲ ਅਮਨਦੀਪ ਦਾ ਨੰਬਰ ਦੱਸ ਦਿਓ ਜੇ ਡਾਕਟਰ ਸਾਹਿਬ ਕਹਿੰਦੇ ਨੰਬਰ ਨਹੀਂ ਚੁੱਕਦੇ ਤਾਂ ਅਮਨਦੀਪ ਇਹਨਾਂ ਦੇ ਨਾਲ ਹੁੰਦੇ ਆ ਅਮਨਦੀਪ ਦਾ ਨੰਬਰ ਲੈ ਲਓ ਉਹਨਾਂ ਤੋਂ ਪੁੱਛ ਸਕਦੇ ਹੋ ਤੁਸੀਂ ਕਿਸ ਤਰੀਕੇ ਨਾਲ ਬੀਜਣੀ ਆ ਇਹ ਔਰ ਅਮਨਦੀਪ ਦਾ ਹੈਗਾ 7700-9973-128 7993-73-128 ਉੱਥੇ ਤੁਸੀਂ ਕੰਟੈਕਟ ਕਰ ਸਕਦੇ ਹੋ ਦੇਖੋ ਆਪਣੀ ਜ਼ਮੀਨ ਬਚਾਉਣੀ ਆਪਣੀ ਜ਼ਿੰਮੇਵਾਰੀ ਆ ਜ਼ਮੀਨਾਂ ਨੂੰ ਜਿਹੜੇ ਕਹਿੰਦੇ ਪਰਾਲੀ ਦਾ ਹੱਲ ਨਹੀਂ ਸਭ ਤੋਂ ਸੌਖਾ ਹੱਲ ਆ ਆਹ ਦੇਖ ਲਓ ਇਦੋਂ ਅੱਗ ਲਾ ਕੇ ਵੀ ਤੁਹਾਨੂੰ ਮਹਿੰਗਾ ਪੈਂਦਾ ਕੰਮ ਆਹ ਕਿੰਨਾ ਸਸਤਾ ਪੈਂਦਾ ਨਾਲੇ ਇਹਨੇ ਤੁਹਾਡੀ ਖਾਦ ਬਣਦੀ ਆ ਤੁਹਾਨੂੰ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ ਵੀਰੋ ਇਸ ਪਾਸੇ ਨੂੰ ਆਪਾਂ ਆਈਏ ਤੇ ਹੁਣ ਤੁਸੀਂ ਦਿਖਾਉਣੇ ਚਲਾਓ ਜੀ ਫਿਰ ਚਲਾਓ ਦੇਖੋ ਕਿੰਨਾ ਸੌਖਾ ਨਾਲ ਦੀ ਨਾਲ ਖੜੀ ਦੇ ਵਿੱਚ ਹੀ ਖੜੇ ਚੋਨੇ ਚ ਡਾਕਟਰ ਤੁਸੀਂ ਦੱਸੋ ਜੀ ਕੋਈ ਇਹ ਫਾਇਦਾ ਕਰਦਾ ਨਹੀਂ ਅਸਲ ਵਿੱਚ ਹੈਗੀ ਆ ਨੋ ਟਿਲ ਨੋ ਡਿਲ ਕਲਟੀਵੇਸ਼ਨ ਆਫ ਵੀਟ ਕਲਟੀਵੇਸ਼ਨ ਕਲਟੀਵੇਸ਼ਨ ਆਫ ਵੀਟ ਕੀ ਜੀ ਨੋ ਟਿਲ ਨੋ ਡਰਿਲ ਨੋ ਟਿਲ ਨੋ ਡਰਿਲ ਵਾਹ ਕੀ ਬਾਤ ਹੈ ਕਲਟੀਵੇਸ਼ਨ ਆਫ ਤੁਹਾਡਾ ਜਿਹੜਾ ਤੁਸੀਂ ਰੋਟਾਵੀਟਰ ਵੀ ਨਹੀਂ ਫੇਰਿਆ ਹਾਂ ਬਿਲਕੁਲ ਵਾਇਆ ਵੀ ਨਹੀਂ ਆ ਦੇਖ ਲਓ ਸਾਰੇ ਖਰਚੇ ਦੀ ਬਚਤ ਦੱਸੋ ਡਾਕਟਰ ਸਾਹਿਬ ਅੱਛਾ ਇਹਦੇ ਵਿੱਚ ਕੀ ਹੋ ਰਿਹਾ ਹੈ ਇਹ ਨੈਚੁਰਲਾਈਜੇਸ਼ਨ ਆਫ ਵੀਟ ਕਲਟੀਵੇਸ਼ਨ ਹੈ ਕਣਕ ਦੀ ਖੇਤੀ ਦਾ ਕੁਦਰਤੀਕਰਨ ਆਪਾਂ ਨੂੰ ਜੇਕਰ ਖੇਤੀ ਲਾਹੇਮੰਦ ਕਰਨੀ ਆ ਤਾਂ ਖੇਤੀ ਦਾ ਕੁਦਰਤੀਕਰਨ ਕਰਨਾ ਪਊਗਾ ਦੂਜਾ ਉਹਦੇ ਵਿੱਚ ਜੰਗਲ ਦਾ ਸਿਧਾਂਤ ਵੀ ਲਾਗੂ ਕਰਨਾ ਪਊਗਾ ਪਰ ਇਹਦੇ ਵਿੱਚ ਅਸੀਂ ਸਿਰਫ ਤੇ ਸਿਰਫ ਜਿਹੜਾ ਹੈਗਾ ਕਣਕ ਦੀ ਖੇਤੀ ਦਾ ਕੁਦਰਤੀਕਰਨ ਕਰ ਰਹੇ ਹਾਂ ਇਹਦੇ ਵਿੱਚ ਜਿਹੜਾ ਪਾਣੀ ਨੂੰ ਪਾਣੀ ਦੇ ਸੁਭਾਅ ਦਾ ਉਹ ਨੀਵੇਂ ਥਾਂ ਰੱਖਿਆ ਜਾਊਗਾ ਤੇ ਜਿਹੜਾ ਬਸੇਰਾ ਆ ਫਸਲ ਦਾ ਉੱਪਰ ਆਊਗਾ ਹਮੇਸ਼ਾ ਇੱਦਾਂ ਹੋਣਾ ਚਾਹੀਦਾ ਕਿ ਪਾਣੀ ਨੂੰ ਪਾਣੀ ਦੇ ਸੁਭਾਅ ਦਾ ਉਹ ਨੀਵੇਂ ਥਾਂ ਜਿਹੜਾ ਫਸਲਾਂ ਦਾ ਬਸੇਰਾ ਉੱਚੇ ਥਾਂ ਅਤੇ ਇਹਦਾ ਜਿਹੜਾ ਕਿਸ ਤਰ੍ਹਾਂ ਦੀ ਪਰਫੋਰਮੈਂਸ ਆ ਟਾਈਮ ਟੂ ਟਾਈਮ ਉਹ ਤੁਹਾਡੇ ਨੂੰ ਸਾਰੀ ਸਾਂਝੀ ਕੀਤੀ ਜਾਊਗੀ ਜਿਹੜਾ ਐਂਡ ਰਿਜ਼ਲਟ ਆ ਝਾੜ ਉਹ ਵੀ ਤੁਹਾਨੂੰ ਸਾਰਾ ਦੱਸਿਆ ਜਾਊਗਾ ਅਤੇ ਤੁਸੀਂ ਜੁੜੇ ਰਹੋ ਬਹੁਤ ਬਹੁਤ ਧੰਨਵਾਦ ਅੱਛਾ ਨਾਲੇ ਸਗਨ ਇੱਕ ਮਿੰਟ ਜੇ ਤੁਸੀਂ ਪਾਈ ਇੱਥੇ ਪਧੌੜ ਦੇ ਆਸੇ ਪਾਸੇ ਜਿਨ੍ਹਾਂ ਨੇ ਬਣਾਉਣਾ ਅਤੇ ਉਹਨਾਂ ਨੇ ਬੈੱਡ ਮੇਕਰ ਵੀ ਲੈ ਜਿਓ ਨਾਲੇ ਸਗਨ ਆ ਵੀ ਜਾਊਗਾ ਤੁਹਾਨੂੰ ਦੱਸ ਵੀ ਜਾਊਗਾ ਸਗਨ ਆਪਣਾ ਨੰਬਰ ਵੀ ਦੱਸਦੇ ਹਾਂਜੀ 6285-87113 6285-87113 ਹੁਣ ਇੱਕ ਵਾਰੀ ਫਿਰ ਤਰੀਕਾ ਦੇਖ ਲਓ ਜੀ ਐ ਪਰਾਲੀ ਪਾਸੇ ਕਰਕੇ ਇਹਦੇ ਵਿੱਚ ਛਿੱਟੇ ਨਾਲ ਕਣਕ 16 ਕਿਲੋ ਬੀ ਪਾਉਣਾ ਇੱਕ ਕਿੱਲੇ ਦਾ ਛਿੱਟੇ ਦੇ ਨਾਲ ਫੇਰ ਕੇ ਛਿੱਟੇ ਨਾਲ ਬੀਜ ਕੇ ਜਿਵੇਂ ਆਪਣਾ ਖਾਦ ਪਾਉਣੇ ਆ ਰੇਹ ਪਾਉਣੇ ਆ ਯੂਰੀਆ ਪਾਉਣੇ ਆ ਉਹ ਛਿੱਟਾ ਮਾਰ ਕੇ ਦੇ ਕੇ ਜਿਵੇਂ ਬਾਜਵਾ ਸਾਹਿਬ ਨੇ ਤੁਹਾਨੂੰ ਦਿਖਾਇਆ ਉਸ ਤੋਂ ਮਗਰੋਂ ਇਹਦੇ ਬੈੱਡ ਬਣਾ ਦੇਣੇ ਆ ਅਤੇ ਜੋ ਬੈੱਡ ਬਣਾਉਣੇ ਆ ਦੋ ਵਾਰੀ ਬੈੱਡ ਮੇਕਰ ਫੇਰਨਾ ਦੋ ਵਾਰੀ ਫੇਰਨਾ ਪਹਿਲੀ ਵਾਰੀ ਤਾਂ ਬੈੱਡ ਮੇਕਰ ਉਹ ਬੈੱਡ ਬਣਾਉਂਦਾ ਦੂਜੀ ਵਾਰੀ ਉਹ ਮਿੱਟੀ ਪੂਰੀ ਪੱਧਰ ਕਰਦਾ ਦੇਖੋ ਜੀ ਆਹ ਦੇਖੋ ਜਿਵੇਂ ਆਹ ਲਓ ਆਹ ਪੂਰੀ ਮਿੱਟੀ ਪੱਧਰ ਕੀਤੀ ਹੋਈ ਅਤੇ ਇਹ ਵਾਲੀ ਕਣਕ ਹੁਣ ਆਪਣੇ ਆਪ ਹੀ ਹੋਣੀ ਆ ਪਾਣੀ ਸਿਰਫ ਖਾਲੀਆਂ 'ਚ ਪਾਉਣਾ ਔਰ ਇਸ ਕਣਕ ਦੇ ਵਿੱਚ ਪਾਣੀ ਦੀ ਬਚਤ 85% ਖਾਦ ਦੀ ਕੋਈ ਲੋੜ ਨਹੀਂ ਇਹਦੇ 'ਚ ਸਪਰੇਆਂ ਦੀ ਕੋਈ ਲੋੜ ਨਹੀਂ ਪੈਣੀ ਜੇਕਰ ਪਈ ਤਾਂ ਇੱਕ ਅੱਧੀ ਪਊਗੀ ਨਹੀਂ ਤਾਂ ਆਲਮੋਸਟ ਔਰਗੈਨਿਕ ਤੁਹਾਡੀ ਕਣਕ ਬਣ ਗਈ ਬੜੀ ਵਧੀਆ ਤੁਹਾਡੀ ਕਣਕ ਬਣ ਗਈ ਬਿਨਾਂ ਜ਼ਹਿਰ ਤੋਂ ਨਾਲੇ ਆਪਣਾ ਪਾਣੀ ਬਚਾਇਆ ਵੀਰੋ ਇਸ ਪਾਸੇ ਨੂੰ ਆਪਾਂ ਆਈਏ ਜੋ ਡਾਕਟਰ ਅਵਤਾਰ ਸਿੰਘ ਖਰਾੜਾ ਦਾ ਤਰੀਕਾ ਹੈ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਸ਼ੁਕਰੀਆ ਸਾਰਿਆਂ ਨੂੰ ਇਸ ਪਾਸੇ ਨੂੰ ਆਓ ਇਸ ਪਾਸੇ ਨੂੰ ਲੱਗੋ
ਆਪਾਂ ਆਪਣੀਆਂ ਜ਼ਮੀਨਾਂ ਆਪ ਬਚਾਉਣੀਆਂ। ਕਿਸੇ ਨੇ ਆ ਕੇ ਆਪਣੀ ਜ਼ਮੀਨਾਂ ਨਹੀਂ ਬਚਾਉਣੀਆਂ, ਕਿਸੇ ਨੇ ਨਹੀਂ ਬਚਾਉਣੀ, ਆਪਾਂ ਖੁਦ ਬਚਾਉਣੀਆਂ। ਕੋਈ ਜ਼ਮੀਨ ਨੂੰ ਅੱਗ ਲਾਉਣ ਦੀ ਲੋੜ ਨਹੀਂ, ਕੋਈ ਜ਼ਮੀਨ ਦੇ ਵਿੱਚ ਤੁਹਾਨੂੰ ਵਾਰੀ ਵਾਰੀ ਵਾਹ ਕੇ ਉਹਨੀ ਲੋੜ ਨਹੀਂ। ਸਭ ਤੋਂ ਘੱਟ ਖਰਚਾ ਅਤੇ ਇੰਨੀ ਵਧੀਆ ਤਰੀਕਾ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਜੈ ਖਾਲਸਾ।